ਕੋਈ ਨਹੀਂ, ਤੂੰ ਅੱਜ ਘਰ ਜਾ, ਕੱਲ੍ਹ ਵੇਖਾਂਗੀ, ਤੈਨੂੰ ਫੋਨ ਕਰਾਂਗੀ ਵੀ ਮੈਨੂੰ ਸਾਰੀਆਂ ਤੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਜੇ ਤੇ ਸਮਝ ਆ ਗਈ ਤੇ ਕੁੜੀ ਸਹੀ ਹੋਇਆ, ਜੇ ਨਾ ਆਈ ਤੇ ਫਿਰ ਤੇ ਉੱਧਰੋਂ ਮੇਰੀ ਸੱਸ ਉਹ ਪਤਾ ਨਹੀਂ ਕਿੰਨੇ ਸੁਪਨੇ ਵੇਖਣ ਡੀ। ਕੱਲ੍ਹ ਉੱਨ ਲੈ ਕੇ ਆਈ ਹੈ, ਸਵੈਟਰ ਬੁਣਨੇ ਲਾਇਆ, ਹੱਥੇ ਦਵਾਈਆਂ ਖਾਣ ਡੀ ਆ, ਫਰਕ ਪੈ ਹੀ ਜਾਣਾ। ਲੈ ਰੱਬ ਨੇ ਤੇ ਖੁਸ਼ੀਆਂ ਦੇ ਹੀ ਦੇਣੀਆਂ ਵਾ, ਬੱਚਾ ਤੇ ਹੋਇਆ ਲੈ ਸਾਡੇ ਘਰ, ਸਾਡੇ ਘਰ ਦਾ ਚਿਰਾਗ ਤੇ ਆਇਆ ਲੈ। ਸਵੈਟਰ ਜਰਾਬ ਪਤਾ ਨਹੀਂ ਕੀ ਕੀ ਬੁਣਤੀ ਲਾਤੀ ਹੈ, ਹੁਣ ਡਈ ਹੈ ਸਲਾਈਆਂ ਨਾਲ। ਜਦੋਂ ਵਿਹਲੀ ਹੁੰਦੀ ਉਦੋਂ ਨਾਲੇ ਗੱਲਾਂ ਕਰੀ ਜਾਂਦੀ, ਨਾਲੇ ਉਣੀ ਜਾਂਦੀ। ਚੁੱਪ ਕਰ, ਤੂੰ ਨਾ ਟੈਨਸ਼ਨ ਲੈ, ਕੋਈ ਨਹੀਂ ਮੈਂ ਗੱਲ ਕਰਕੇ ਵੇਖਾਂਗੀ ਸਿਮਰਤ ਨਾਲ। ਜੀ ਪੱਕਾ ਨਾ ਫਿਰ? ਪੱਕਾ ਜੀ ਪੱਕਾ, ਕੋਈ ਗੱਲ ਨਹੀਂ ਹੈ। ਠੀਕ ਆ, ਸ਼ਨੀਵਾਰ ਚੱਲਾਂਗੇ। ਸ਼ਨੀਵਾਰ? ਹਾਂ ਸ਼ਨੀਵਾਰ ਰਹਿਣ ਦਿਓ ਭਾਜੀ, ਸ਼ਨੀਵਾਰ ਤੁਹਾਨੂੰ ਪਤਾ ਉੱਥੇ ਕਿੰਨਾ ਰਸ਼ ਹੁੰਦਾ, ਕੀ ਫਾਇਦਾ ਉੱਥੇ ਜਾਣ ਦਾ। ਉੱਥੇ ਭਾਜੀ ਰਸ਼ 'ਚ ਮਜ਼ਾ ਆਉਣਾ ਵਾ, ਕਿੰਨੀ ਤੇ ਰੌਣਕ ਹੁੰਦੀ ਆ, ਇਹੋ ਤੇ ਦਿਨ ਹੈਗੇ ਘੁੰਮਣ ਫਿਰਨ ਦੇ। ਚਲੋ ਵੇਖ ਲਿਓ, ਇਹ ਵੀ ਗੱਲ ਤੁਹਾਡੀ ਸਹੀ ਆ, ਪਰ ਮੈਂ ਦਿੰਦਾ ਵੀ ਚਲੋ ਫੈਮਿਲੀ ਦੇ ਨਾਲ ਜਾਣਾ ਆਪਾਂ, ਇਕੱਲੇ ਜਾਂਦੇ ਰਸ਼ ਰੁਸ਼ 'ਚ ਕੀ ਜਾਣਾ ਵਾ। ਨਹੀਂ ਫੈਮਿਲੀ ਸਾਰੀ ਜੇ ਲੈ ਕੇ ਜਾਵਾਂਗੇ। ਹਾਂ ਚਲੋ ਤੇ ਵੇਖ ਲਓ, ਤੁਹਾਨੂੰ ਜਿੱਦਣ ਸਹੀ ਲੱਗਦਾ। ਨਹੀਂ ਜਿਸ ਵਾਰ ਦਾ ਕਹੋਗੇ ਫਿਰ ਉਸ ਵਾਰ ਚੱਲ ਜਾਵਾਂਗੇ। ਨਹੀਂ ਨਹੀਂ ਤੁਹਾਡੇ ਨਾਲ ਹੀ ਆਪਾਂ, ਜੇ ਤੁਸੀਂ ਕਹੋਗੇ। ਫਿਰ ਤੁਸੀਂ ਇਸ ਤਰ੍ਹਾਂ ਕਰਿਓ, ਹਾਂ ਵੀਰਵਾਰ ਆ ਜਾਇਓ, ਸ਼ਾਮੀ ਆ ਜਾਇਓ ਅਤੇ ਸਵੇਰੇ ਤੜਕੇ ਤੁਰ ਪਾਂਗੇ ਅਸੀਂ। ਅੱਛਾ ਜੀ, ਅਤੇ 5:30 ਤੋਂ ਲੋਜੀ। ਚਲੋ ਸਹੀ ਆ, ਕੋਈ ਨਹੀਂ ਚਲੋ ਲਾ ਲੈਂਦੇ ਆਪਾਂ ਹਿਸਾਬ, ਜੇ ਤੁਸੀਂ ਬਹੁਤਾ ਕਹੋਗੇ ਨਾ ਆਪਾਂ ਸ਼ਨੀਵਾਰ ਵੀ ਚੱਲ ਜਾਵਾਂਗੇ, ਕੋਈ ਗੱਲ ਨਹੀਂ ਆਪਾਂ ਲਾ ਲਾਂਗੇ ਸਭ। ਚਲੋ ਵੇਖ ਲਓ, ਜੇ ਸ਼ਨੀਵਾਰ ਤਾਂ ਸਭ ਤੋਂ ਵਧੀਆ ਸ਼ਨੀਵਾਰ ਦਾ ਹੀ ਹੁੰਦਾ ਨਾ, ਵੀ ਐਤਵਾਰ ਛੁੱਟੀ ਹੁੰਦੀ ਆ। ਹਾਂ ਹਾਂ ਹਾਂ, ਰੌਣਕ ਵੀ ਬੜੀ ਹੁੰਦੀ ਉੱਥੇ। ਹਾਂ ਲਾ ਕੇ ਆਵਾਂਗੇ 4-5 ਦਿਨ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਏ ਸਮੇਂ ਘੈਟ ਜਾ ਜਾਣ ਦੀ, ਘੁੰਮਣ ਘੁੰਮਣ ਦੀ ਵੀ ਸੋਚਣ ਦੇ ਦੋ ਜਣੇ, ਤੇ ਚਲੋ ਚੱਲਦੇ ਘੁੰਮਣ ਕਿਉਂ। ਸਹੀ ਹੋਇਆ ਘਰ ਦਾ ਵੀ ਚਲੋ ਘੁੰਮ ਕੇ ਆਈਏ, ਉਹ ਤਾਂ ਰਾਣੇ ਭਾਜੀ ਵੀ ਗੱਲ ਕਰਦੇ ਸੀ, ਸਾਹਿਬ ਵੀ ਗੱਲ ਕਰਦੇ। ਅੱਛਾ ਮੇਰੀ ਗੱਲ ਸੁਣੋ, 2 ਮਿੰਟ ਸੁਣਾ ਮੇਰੀ ਗੱਲ, ਇੱਧਰ ਆ ਕੇ ਇੱਥੇ ਕਰ ਲੈ। ਮੈਂ ਕਿਹੜੀ ਗੱਲ ਕਰ ਲਾ? ਨਹੀਂ ਤੁਸੀਂ ਉੱਠੋ, 1 ਮਿੰਟ ਇੱਧਰ ਆਓ, ਸੁਣ ਲਓ, ਸੋ ਗੱਲ ਨਹੀਂ। ਚਲੋ ਮੈਂ 1 ਮਿੰਟ ਆਇਆ। ਹਾਂ ਹਾਂਜੀ, ਉੱਥੇ ਗੱਲ ਕਰਨੀ, ਕੀ ਬੁਲਾਇਆ ਇੱਥੇ ਕਰਨਾ? ਹਾਂ ਦੱਸੋ। ਮੇਰੀ ਗੱਲ ਸੁਣੋ, ਮੈਂ ਨਾ ਤੁਹਾਡੇ ਨਾਲ ਹੀ ਜਾਣਾ, ਮੈਂ ਨਹੀਂ ਰਹਿਣਾ ਹੈਗਾ। ਨਾਲ ਜਾ ਕੇ ਕਰਨਾ ਵਾ, ਹੁਣੇ ਤੇ ਆਈ ਆ, ਰਹਿ ਪਾ 2-4 ਦਿਨ, ਉਹ ਵੀ ਘਰ ਆ ਤੇਰੇ ਪੇਕਿਆਂ ਦਾ। ਗੱਲ ਤੇ ਸੁਣੋ, ਮੈਨੂੰ ਨਾ ਸਰੀਰ ਜਿਹਾ ਆਪਣਾ ਠੀਕ ਨਹੀਂ ਲੱਗਣ ਡਿਆ, ਐਂ ਲੱਗਣ ਡਿਆ ਜਿਵੇਂ ਬੁਖਾਰ ਹੈ, ਤੇ ਤੁਹਾਨੂੰ ਤਾਂ ਪਤਾ ਹੀ ਆ ਮੈਂ ਇੱਥੋਂ ਦਵਾਈ ਨਹੀਂ ਕਦੀ ਲਈ ਹੈਗੀ। ਜਿਉਂ ਮੇਰਾ ਵਿਆਹ ਹੋਇਆ ਮੈਂ ਤਾਂ ਉੱਥੇ ਦਵਾਈ ਲੈਣੀ ਆ, ਜਿਹੜਾ ਆਪਣਾ ਫੈਮਿਲੀ ਡਾਕਟਰ ਹੈ, ਤੇ ਮੈਨੂੰ ਲੈ ਜਾਓ ਤੁਸੀਂ ਨਾਲ ਹੀ, ਮੈਂ ਨਹੀਂ ਰਹਿਣਾ ਹੈਗਾ। ਕੀ ਰਾਟ ਲਾਈ ਆ, ਇੱਥੇ ਰਹਿਣਾ, ਇੱਥੇ ਰਹਿਣਾ, ਮੈਂ ਉੱਥੇ ਰਹਿਣਾ ਨਹੀਂ, ਕੀ ਗੱਲ ਹੈ? ਜੇ 2 ਦਿਨ ਇੱਥੇ ਆਰਾਮ ਕਰ ਲਈ ਕਿ ਮਾੜਾ ਵਾ, ਉੱਥੇ ਜਦੋਂ ਆਰਾਮ ਕਰਦੇ ਨਾ ਉਹਨੇ, ਤੇ ਉੱਥੇ ਬੁਖਾਰ ਚੜਿਆ ਤੇ ਕੰਮ ਕਰਾਉਣਾ, ਨਾਲ ਨੂੰ ਕਹਿੰਦਾ ਸਾਵਾ ਕੰਮ ਕਰ। ਕੋਈ ਗੱਲ ਨਹੀਂ, ਮੰਮੀ ਜੀ ਮੇਰਾ ਬਥੇਰਾ ਧਿਆਨ ਰੱਖਦੇ ਆ, ਉਹ ਨਾ ਕੰਮ ਕਰੂਗੀ ਨਾ ਤੇ ਮੰਮੀ ਨੇ ਕਰ ਲੈਣਾ, ਨਾਲੇ ਮਾੜਾ ਮੋਟਾ ਕੰਮ ਮੈਂ ਕਰ ਵੀ ਲਊਗੀ, ਉਹਦੀ ਥੋੜੀ ਕੋਈ ਗੱਲ ਆ, ਤੁਸੀਂ ਤੇ ਐਵੇਂ ਬਸ ਕੰਮ ਕੰਮ ਲਾਇਆ ਹੁੰਦਾ ਵਾ। ਮੈਂ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਿੱਦ ਕਿਉਂ ਕਰਨ ਦੀ, ਫਿਰ ਮੈਨੂੰ ਦੱਸ ਉਹਦੇ ਘਰੇ ਜਾਣ ਦੀ ਕੀ ਗੱਲ? ਨਾਲ ਹੀ ਜਾਣਾ ਭਾਜੀ, ਵੇਲੋ ਆ, ਨਾਲ ਹੀ ਜਾਣਾ, ਨਾਲ ਹੀ ਜਾਣਾ, ਚੱਲ ਫਿਰ ਮਾਰ ਨਾਲ, ਮੈਂ ਛੱਡਣ ਆਇਆ ਤੈਨੂੰ ਤੇ ਰਵਾਂ ਗੱਲ ਯਾਰ, ਇਦਾਂ ਨਾ ਕਾਲੇ ਪਿਆ ਕਰੋ ਐ, ਕਾਲੇ ਨਾ ਉਹ ਗੱਲ, ਮੈਂ ਤੈਨੂੰ ਛੱਡਣ ਆਇਆ, ਤੂੰ ਫਿਰ ਇੱਕੋ ਗੱਲ ਦੇ ਪਿੱਛੇ ਪਈ ਆ। ਇਸੇ ਕਰਕੇ ਮੈਂ ਉੱਥੇ ਗੱਲ ਨਹੀਂ ਕੀਤੀ, ਮੈਨੂੰ ਪਤਾ ਤੁਹਾਡਾ ਸੁਭਾਅ ਕਰੋ, ਤੁਸੀਂ ਕੁਝ ਨਹੀਂ ਬੈਠਾ ਖਲੋਤਾ ਵੇਖਣਾ ਵੀ ਆਪਾਂ ਕਿਤੇ ਆ ਰਹੇ ਆ। ਬੇਬੇ ਤੇਰਾ ਚੰਗਾ ਸੋਚ ਕੇ ਆਇਆ ਵਾਂ, ਇੱਥੇ ਰੈਸਟ ਕਰ ਲਈ 4 ਦਿਨ, ਤੂੰ ਸਮਝਦੀ ਨਹੀਂ ਗੱਲ, ਇੱਕੋ ਗੱਲ ਦੀ ਰੱਟ ਫੜੀ ਕਿ ਜਾਣਾ ਜਾਣਾ ਵਾਪਸ ਜਾਣਾ। ਮੈਂ ਸਿੱਧੀ ਗੱਲ ਦੱਸਾਂ, ਮੇਰਾ ਆਪਣੇ ਘਰੇ ਮਨ ਲੱਗਦਾ, ਹੁਣ ਤੁਸੀਂ ਉਹਨਾਂ ਸਾਹਮਣੇ ਨਾ ਮੇਰੇ ਕੋ ਕਵਾਇਓ, ਅਗਲੇ ਨੇ ਕਹਿਣਾ ਤੇਰਾ ਪੇਕੇ ਘਰ ਮਨ ਨਹੀਂ ਲੱਗਦਾ, ਸਹੁਰੇ ਚਲ ਗਈ ਤੇ ਤੇਰਾ ਹੁਣ ਸਹੁਰੇ ਘਰੇ ਮਨ ਲੱਗਦਾ ਵਾ, ਇਸੇ ਕਰਕੇ ਨਹੀਂ ਮੈਂ ਸਾਹਮਣੇ ਗੱਲ ਕੀਤੀ ਉਹਨਾਂ ਦੇ, ਸਮਝਦੇ ਨਹੀਂ ਗੱਲ ਨੂੰ, ਮੈਨੂੰ ਨਹੀਂ ਪਤਾ, ਮੈਂ ਨਾਲ ਹੀ ਜਾਣਾ ਤੁਹਾਡੇ। ਚਲੋ ਚਲ ਸਮਝ ਗਿਆ, ਮੈਂ ਤੁਹਾਨੂੰ ਸਮਝਾ ਦਿੰਦੀ, ਹੁਣ ਤੈਨੂੰ ਕੀ ਕਹਾਂ, ਸਮਾਨ ਚੁੱਕ, ਸਮਾਨ ਤੇ ਲੈ ਕੇ ਨਹੀਂ ਆਈ ਕੋ, ਚੱਲ ਫਿਰ ਮਿਲ ਲਿਆ ਨਾ।
ਸ਼ਮੀ ਨੇ ਕਿਹੜੀ ਗੱਲ ਕਰਨੀ ਜਿੱਥੇ ਤੂੰ ਠਾ ਕੇ ਲੈ ਗਈ ਹੈ? ਰਹਿਣ ਵਾਲੇ ਗੱਲ ਕਰਨੀ ਨਹੀਂ ਹੈ, ਗੱਲ ਗੁੱਲ ਕੋਈ ਨਹੀਂ ਕਰਨੀ। ਹਾਂ ਕੁੜੀ ਤੁਹਾਡੀ ਨੇ ਕਾਲੀ ਪਈ ਹੈ ਕਿ ਨਹੀਂ, ਮੈਂ ਜਾਣਾ ਹੀ ਜਾਣਾ ਉਹਨੂੰ ਦੇਖ ਲਓ। ਤੇਰਾ ਦਿਮਾਗ ਖਰਾਬ ਹੋਇਆ? ਉਹ ਤਾਂ ਮੈਂ ਕਹਿਣ ਦਿਆਂ, ਮੈਂ ਤਾਂ ਚੰਗੀ ਭਲੀ ਰਹਿਣ ਆਈ ਸੀ। ਉਹ ਨਾ ਫੀਵਰ ਜਿਹਾ ਲੱਗਣ ਡਿਆ ਤੇ ਦਵਾਈ ਉਧਰੋਂ ਹੀ ਲੈਣੀ ਹੈ ਤੇ ਸਾਡੇ ਇੱਥੇ ਕਿਹੜੇ ਡਾਕਟਰ ਨਹੀਂ ਹੈਗੇ? ਆ ਵੇਖ ਲਾ ਸੀਮਾ, ਆ ਚੱਲੀ ਉਹ ਵਾਪਸ। ਮੈਂ ਤੇ ਬੜਾ ਸਮਝਾਇਆ ਨਹੀਂ ਮੰਨ ਲੈਂਦੀ, ਕਹਿੰਦੀ ਮੈਂ ਜਾਣਾ ਹੈ। ਸ਼ਮੀ ਜੀ ਚਾਰ ਦਿਨ ਰਹਿ ਵੀ ਜਾਏਗੀ ਤੇ ਉੱਥੇ ਕੀ ਦੱਸ, ਇੱਥੇ ਤੈਨੂੰ ਸਗੋਂ ਰੈਸਟ ਮਿਲੂ, ਭਾਬੀ ਤੇਰੀ ਤੇ ਹੈਗੀ ਆ। ਮੇਰੀ ਗੱਲ ਸੁਣੋ, ਮੈਂ ਫੇਰ ਆ ਜਾਂਗੀ ਕੋਈ ਗੱਲ ਦੱਸ। ਇੰਨੇ ਚੰਗੀ ਜਿੱਦ ਕੀਤੀ ਰਾਣੇ ਪੁੱਤ, ਤੂੰ ਹੀ ਨਾ ਇੱਕ ਵਾਰੀ ਕਹਿ ਦੇ। ਮੈਂ ਤਾਂ ਕਹਿ ਕੇ ਥੱਕ ਗਿਆ, ਮੈਂ ਤਾਂ ਘਰੋਂ ਵੀ ਸਾ ਕਹਿ ਕੇ ਆਇਆ ਤਾਂ ਹੁਣ ਵੀ ਕਹਿਣ ਦਿਆਂ। ਹੁਣ ਦੱਸ ਨਹੀਂ ਅਗਲੀ ਮੰਨਦੀ ਤਾਂ ਮੈਂ ਕੀ ਰਾਣੇ ਨੂੰ ਪੁੱਛੋ, ਮੈਂ ਤਾਂ ਛੱਡਣ ਨਹੀਂ ਆਇਆ ਇਹਨੂੰ ਇੱਥੇ। ਮੇਰੀ ਗੱਲ ਸੁਣ ਪੁੱਤ, ਸਾਡੇ ਇੱਥੇ ਵੀ ਡਾਕਟਰ ਬੜੇ ਵਧੀਆ ਹੈਗੇ, ਬੜੀ ਸੋਹਣੀ ਦਵਾਈ ਦਿੰਦੇ ਆ। ਆ ਲਾਗੇ ਤੈਨੂੰ ਪਤਾ ਹੀ ਹੈਪੀ, ਆ ਛੋਟੀ ਹੁੰਦੀ ਤੈਨੂੰ ਉਹਦੇ ਕੋਲ ਤਾਂ ਦਵਾਈ ਦਵਾਉਂਦੇ ਰਹੇ। ਭੂਆ ਜੀ ਮੈਂ ਇੱਥੋਂ ਹੀ ਗਈ ਹਾਂ, ਪਰ ਗੱਲ ਪਤਾ ਕੀ ਆ, ਜਦੋਂ ਦਾ ਵਿਆਹ ਹੋ ਗਿਆ ਨਾ ਮੇਰਾ, ਸਹੁਰੇ ਚੱਲ ਗਈ ਹਾਂ, ਉਦੋਂ ਦਾ ਮੈਨੂੰ ਉੱਥੋਂ ਦੀ ਦਵਾਈ ਰਾਸ ਆਉਂਦੀ ਆ ਤੇ ਮੈਂ ਉਹਨਾਂ ਨੂੰ ਵਿਖਾਉਣਾ ਵਾ, ਨਾਲੇ ਪਹਿਲੇ ਹੀ ਚੱਲਣ ਦੀ ਦਵਾਈ। ਹੁਣ ਚੰਮੀ ਭਾਨੇ ਜਿੰਨੇ ਮਰਜ਼ੀ ਲਾਈ ਜਾ, ਬੋਤਲਾਂ ਕਹਿ ਕੇ ਮੈਂ ਜਾਣਾ ਹੀ ਜਾਣਾ ਵਾ। ਨਹੀਂ ਨਹੀਂ ਭਾਜੀ ਏਦਾਂ ਦੀ ਗੱਲ ਨਹੀਂ, ਬਸ ਇੱਕ ਗੱਲ ਕਹਾਂ ਲੱਗੀ। ਚੰਗੀ ਗੱਲ ਹੈ, ਇਹ ਆਪਣੇ ਆਦਮੀ ਦੇ ਨਾਲ ਆਈ ਆ ਤੇ ਆਦਮੀ ਦੇ ਨਾਲ ਹੀ ਚੱਲੀ ਆ। ਇਹ ਤਾਂ ਮੈਨੂੰ ਇਹ ਖੁਸ਼ੀ ਹੋਣ ਡਈ ਆ ਕਿ ਮੇਰੀ ਧੀ ਆਪਣੇ ਘਰ ਖੁਸ਼ ਹੈਗੀ ਆ, ਨਹੀਂ ਤਾਂ ਕੁੜੀਆਂ ਪੇਕੀਆਂ ਤੇ ਚਲੇ ਜਾਣੇ ਸਹੁਰੇ ਆਪਣੇ। ਉਹ ਕਹਿੰਦੀਆਂ ਪੇਕੀਆਂ 2-4 ਦਿਨ ਲਾ ਕੇ ਜਾਣੇ, ਕਿਉਂ ਸੀਮਾ ਪੁੱਤ? ਹਾਂਜੀ ਚੱਲ ਪੁੱਤ ਜਾਓ, ਖੁਸ਼ ਰਹੋ, ਰਾਜੀ ਖੁਸ਼ ਰਹੋ, ਜਾਓ ਜਾਓ ਆਪਣੇ ਘਰ। ਜ਼ਿਆਦਾ ਕਹਿਣ ਦੀ ਹੈ, ਸੱਸ ਨਾਲ ਜ਼ਿਆਦਾ ਪਿਆਰ ਪਿਆ ਪੈ ਗਿਆ ਲੱਗ ਜਾਂਦਾ। ਚਲੋ ਕੋਈ ਨੀ, ਚਲੋ ਠੀਕ ਹੈ ਪੁੱਤ, ਜਦੋਂ ਲੋੜ ਹੋਗੀ ਫੇਰ ਮਨਾ ਲੂੰਗਾ ਇਹਨੂੰ। ਮੈਂ ਠੀਕ ਹੈ ਪੁੱਤ, ਠੀਕ ਹੈ ਠੀਕ ਹੈ ਭਾਈ, ਪੜਾਇਓ ਅੱਜ ਸਾਡ, ਠੀਕ ਹੈ ਜਲਦੀ ਆਉਣ ਦੀ ਲੋੜ ਨੀ ਆ, ਸਿਮਰਤ ਨੇ ਸਾਰਾ ਕੁਝ ਵੇਖ ਲੈਣਾ ਵਾ, ਨਾਲੇ ਇਸੇ ਬਹਾਨੇ ਉਹਦੀ ਅਕਲ ਟਿਕਾਣੇ ਆਉਣੀ ਸੀ ਘਰ ਦਾ ਕੰਮ ਕਿਵੇਂ ਕਰਨਾ ਵਾ। ਪਤਾ ਕੀ ਆ ਬਾਬੂ, ਕੰਮ ਤੇ ਸਾਰਾ ਉਹੀ ਕਰਦੀ ਆ, ਮੈਂ ਥੋੜਾ ਕੰਮ ਕਰਦੀ ਆ, ਬਸ ਇਹੀ ਆ ਕਿ ਮੇਰਾ ਦਿਲ ਜਿਹਾ ਨਹੀਂ ਲੱਗਾ, ਮੈਂ ਤੇਰੇ ਭਾਜੀ ਨੂੰ ਕਿਹਾ ਮੈਂ ਨਾਲ ਹੀ ਜਾਣਾ ਵਾ। ਉਹ ਮੈਨੂੰ ਭਾਬੀ ਪਤਾ ਕਿੰਨਾ ਕੰਮ ਕਰਦੀ ਓ, ਸਭ ਕੁਝ ਵੇਖਣ ਡਿਆ ਮੈਂ, ਉਵੇਂ ਉਹ ਲੰਮੀ ਪਈ ਰਹਿੰਦੀ ਆ ਤੇ ਜਦੋਂ ਮੈਂ ਘਰ ਵਿੱਚ ਆਏ ਨਾ ਉਸ ਰਾਮ ਰਸੋਈ ਚ ਵੜ ਜਾਂਦੀ ਓ। ਨਹੀਂ ਨਹੀਂ ਸਾਰਾ ਕੰਮ ਉਹੀ ਕਰਦੀ ਆ, ਆ ਦਾਲ ਵੀ ਹੁਣ ਉਹਨੇ ਬਣਾਈ ਆ, ਆਟਾ ਵੀ ਉਹਨੇ ਗੁੰਨਿਆ ਵਾ, ਥੋੜਾ ਬਹੁਤਾ ਹੀ ਮੈਂ ਕੀਤਾ ਨਾਲ ਬਸ। ਭਾਬੀ ਜੇ ਤੁਹਾਨੂੰ ਤੁਹਾਨੂੰ ਕੁਝ ਕਿਹਾ ਹੋਣਾ ਤਾਂ ਵੀ ਮੈਨੂੰ ਦੱਸੋ, ਮੈਂ ਹੁਣੇ ਪੁੱਛ ਲੈਣਾ ਉਹਨੂੰ। ਉਹਨੂੰ ਫਿਰ ਆਪਣਾ ਘਰ ਸਹੁਰੇ ਘਰ ਵਾਲਾ ਹੀ ਆਪਣਾ ਘਰ ਲੱਗਦਾ ਉਹਨੂੰ, ਪੇਕਿਆਂ ਨਾਲ ਨਹੀਂ ਹੁੰਦੀ। ਪਹਿਲਾਂ ਵੀ ਤੁਸੀਂ ਉੱਥੇ ਰਹਿੰਦੇ ਰਹੇ ਜੇ, ਜੇ ਤੁਸੀਂ 4 ਦਿਨ ਲਾ ਆਉਂਦੇ ਤੇ ਕੀ ਹੋ ਜਾਣਾ ਸੀ, ਹਲੇ ਤੁਸੀਂ ਗਏ ਜੇ ਉਸੇ ਟਾਈਮ ਆ ਗਏ ਜੇ। ਤੈਨੂੰ ਕੀ ਤੰਗੀ ਹੁੰਦੀ ਹੈ ਮੇਰੇ ਇੱਥੇ ਰਹਿਣ ਚ, ਮੈਨੂੰ ਇਹ ਦੱਸਾਂ ਜਰਾ। ਇੱਥੇ ਰਹਿ ਕੇ ਤੁਸੀਂ ਕੰਮ ਕਰਨ ਹਟਣਾ ਨਹੀਂ ਆ, ਉੱਥੇ ਤੁਸੀਂ ਘੱਟੋ ਘੱਟ ਰੈਸਟ ਤੇ ਕਰਨੀ ਸੀ। ਤੁਸੀਂ ਸ਼ਦਾਈ ਆ, ਐਵੇਂ ਨਾ ਮੇਰਾ ਇੰਨਾ ਫਿਕਰ ਕਰਿਆ ਕਰ, ਮੈਂ ਬਿਲਕੁਲ ਠੀਕ ਹੈਗੀ ਆ, ਸਾਰਾ ਕੰਮ ਤੇ ਸਿਮਰਤ ਕਰਦੀ ਆ, ਇਹੋ ਜੀ ਬਾਹੂ ਕੋਈ ਗੱਲ ਨਹੀਂ ਹੈਗੀ, ਆਪਾਂ ਰਲ ਮਿਲ ਕੇ ਕਰ ਲੈਣੀ ਆ। ਹੁਣ ਵੇਖ ਜਿੱਦਾਂ ਹੁਣ ਮੰਨ ਲਾ ਵੀ ਇੱਥੇ ਪਿਆਜ਼ ਕੱਟਣੇ ਆ ਜਾਂ ਕੋਈ ਭਾਂਡੇ 2 ਧੋਣੇ ਜੇ ਮੈਨੂੰ ਪੈ ਵੀ ਗਏ ਆ, ਤੇ ਇੰਨਾ ਕੁ ਕੰਮ ਕਰਨ ਨਾਲ ਉੱਥੇ ਕੀ ਹੋ ਜਾਂਦਾ ਵਾ, ਇਹੋ ਜਿਹੇ ਕੰਮ ਤੇ ਬੰਦਾ ਕਰ ਹੀ ਸਕਦਾ ਵਾ ਨਾ, ਵਿਹਲਿਆਂ ਦਾ ਕਿਹੜਾ ਟਾਈਮ ਪਾਸ ਹੁੰਦਾ ਵਾ। ਪਤਾ ਮੈਨੂੰ ਕਿੰਨਾ ਕੰਮ ਕਰਦੀ ਓ ਤੂੰ, ਐਵੇਂ ਨਾ
ਨਾਲ ਖਾ ਮਖਾ ਪਰੇਸ਼ਾਨ ਹੋਇਆ ਕਰ, ਹੁਣ ਉਹਦੇ ਨਾਲ ਲੜਾਈ ਨਾ ਕਰ ਲਾ ਪਈ ਅੰਦਰ ਜਾ ਕੇ। ਮੈਨੂੰ ਲੱਗਦਾ ਇਹਨੂੰ ਸ਼ੱਕ ਪੈਂਦਾ ਵਾ ਵੀ ਸਾਡੇ ਚ ਕੋਈ ਨਾ ਕੋਈ ਗੱਲ ਚੱਲਦੀ ਹੈ। ਮੈਨੂੰ ਪਤਾ ਵਾ, ਪਤਾ ਕੀ ਹੁੰਦਾ ਵਾ, ਅੱਗੋਂ ਪਿੱਛੋਂ ਮੈਂ ਕੰਮ ਕਰਨ ਡਈ ਹੁੰਦੀ ਹਾਂ ਅਤੇ ਜਦੋਂ ਕੋਈ ਨਾ ਕੋਈ ਆ ਜਾਂਦਾ ਵਾ ਤਾਂ ਦਵਾ ਦਵਾ ਮੇਰੇ ਹੱਥੋਂ ਕੰਮ ਫੜ ਲੈਂਦੀ ਹੈ। ਸ਼ੱਕ ਤਾਂ ਆਪੇ ਪੈਣਾ ਵਾ, ਦੋ ਤਿੰਨ ਵਾਰੀ ਤਾਂ ਇੰਨੇ ਹੀ ਮੈਨੂੰ ਵੇਖ ਲਿਆ ਵਾ ਇੱਦਾਂ। ਕੀ ਕਰਾਂ ਜੇ ਮੈਂ ਸੱਚ ਦੱਸਦਾ ਤਾਂ ਪਤਾ ਨਹੀਂ ਇੱਥੇ ਕੀ ਬਣੂੰਗਾ, ਮੈਨੂੰ ਤਾਂ ਛੁਪਾ ਕੇ ਰੱਖਣਾ ਪੈਣਾ। ਚੰਮੀ ਪੁੱਤ ਗੱਲ ਬਿਲਕੁਲ ਸਹੀ ਕਹਿ ਡਿਆਈ ਤਾਈ ਨੇ, ਤੇ ਤੂੰ ਮੇਰੀ ਗੱਲ ਸੁਣ, ਤੂੰ ਆਈ ਤੇ ਆਈ ਕਿਉਂ, ਤੂੰ ਮੇਰੀ ਗੱਲ ਵੀ ਨਹੀਂ ਮੰਨੀ। ਤੁਸੀਂ ਕੀ ਦੋਵੇਂ ਜਾਣੇ ਮੇਰੇ ਮਗਰ ਪੈ ਗਏ ਹੋ, ਦੱਸੋ ਮੈਂ ਆਪਣੇ ਘਰ ਆਉਣਾ ਨਹੀਂ। ਮੈਂ ਤੁਹਾਨੂੰ ਪਹਿਲੇ ਕਹਿ ਦਿੱਤਾ ਸੀ ਵੀ ਮੇਰਾ ਮਨ ਨਹੀਂ ਹੈਗਾ ਜਾਣ ਦਾ, ਮੈਂ ਤਾਂ ਇਹਨਾਂ ਨੇ ਕਹਿਣ 'ਤੇ ਸਗੋਂ ਚੱਲ ਗਈ ਹਾਂ। ਆਪਣਾ ਘਰ ਤਾਂ ਤੇਰਾ ਸਦਾ ਇੱਥੇ ਹੀ ਰਹਿਣਾ, ਆਪਣੇ ਘਰ ਹੀ ਰਹਿਣਾ। ਤੇਰੀ ਪ੍ਰੋਬਲਮ ਕਰਕੇ ਤੈਨੂੰ ਉੱਥੇ ਭੇਜਿਆ ਸੀ ਨਾ ਵੀ 4 ਦਿਨ ਰੈਸਟ ਕਰ ਆਏਗੀ, ਭਾਬੀ ਤੇਰੀ ਕੰਮ ਕਰ ਲੂਗੀ। ਹੈਂ, ਫਿਰ ਤੂੰ ਇੱਥੇ ਆ ਗਈ, ਇੱਥੇ ਮੈਂ ਤੈਨੂੰ ਮਿਹਨੀ ਹੈ ਵੀ ਤੂੰ ਨੇ ਕੰਮ ਕਰਦੀ ਹੈ ਉਹ ਕੰਮ ਬਿਲਕੁਲ ਨਹੀਂ ਕਰਦੀ। ਮੰਮੀ ਜੀ ਇੱਥੇ ਵੀ ਤਾਂ ਮੇਰਾ ਕਿੰਨਾ ਖਿਆਲ ਰੱਖਦੇ ਹੋ ਤੁਸੀਂ ਸਾਰੇ, ਤੁਸੀਂ ਰਣਜੀਤ ਸਾਹਿਲ ਸਿਮਰਤ ਵੀ ਤਾਂ ਰੱਖਦੀ ਹੈ, ਸਾਰਾ ਕੰਮ ਸਿਮਰਤ ਨੇ ਸਾਂਭਿਆ। ਮੰਮੀ ਹੁਣ ਉਹ ਮੈਨੂੰ ਦੀਦਾ ਪਿਆ ਵਾ, ਮੇਰੀਆਂ ਅੱਖਾਂ ਨਹੀਂ ਬੰਦ ਹੈਗੀਆਂ, ਸਮਝ ਲੱਗੀ ਨਾ। ਉਹ ਕਰਦੀ ਤੂੰ ਰਹਿੰਦੀ ਹੈ, ਜਦੋਂ ਵੇਖਦੀ ਵੀ ਮੰਮੀ ਬਾਹਰ ਆ ਗਈ ਫਟਾਫਟ ਜਾ ਕੇ ਤੇਰੇ ਲਾਗੇ ਖਲੋ ਜਾਂਦੀ। ਕੰਮ ਕੋਈ ਨਹੀਂ ਉਹ ਕਰਦੀ, ਜੇ ਮੈਂ ਰੋਟੀ ਖਾਂਦੀ ਹੈ ਤੇਰੇ ਹੱਥ ਦੀ ਖਾਂਦੀ ਹੈ, ਸਬਜ਼ੀ ਦਾ ਸਵਾਦ ਆਉਂਦਾ ਤੇਰੇ ਹੱਥ ਦਾ ਆਉਂਦਾ। ਮੈਨੂੰ ਤਾਂ ਉਹਦਾ ਕੁਛ ਪਤਾ ਹੀ ਲੱਗਦਾ ਵੀ ਇਹਨੇ ਬਣਾਇਆ ਕੀ ਹੈ ਕੀ ਕੀਤਾ। ਤੂੰ ਉਹਦੀਆਂ ਗੱਲਾਂ ਬਹੁਤ ਲਗਾਨੀ ਹੈ, ਸਮਝ ਲੱਗੀ। ਫਿਰ ਤੂੰ ਕੱਲ੍ਹ ਕੋਠੇ 'ਤੇ ਚੜ੍ਹ ਕੇ ਚਾਦਰਾਂ ਧੋਤੀਆਂ ਨਾ ਚਾਦਰਾਂ, ਕਿਹਨੂੰ ਪੁੱਛ ਕੇ ਧੋਤੀਆਂ। ਮੰਮੀ ਉਹ ਕਹਿੰਦੀ ਸੀ ਭਾਰੀਆਂ ਬੜੀਆਂ ਵਾ ਤੇ ਦੀਦੀ ਨਾਲ ਧਵਾ ਦੋ, ਫਿਰ ਮੈਂ ਪਾਉਣ ਲੱਗ ਪਈ। ਨਹੀਂ ਤੇਰੇ ਵਾਸਤੇ ਹੌਲੀਆਂ, ਤੈਨੂੰ ਤਾਂ ਮੈਂ ਦਵਾਈ ਖਵਾਉਣ ਡਈ ਹਾਂ, ਤੈਨੂੰ ਤਾਂ ਹੀ ਮਨਾ ਕੀਤਾ ਤੇ ਤੂੰ ਕਿਉਂ ਚਾਦਰਾਂ ਧੋਤੀਆਂ। ਤੂੰ ਮੇਰੇ ਨਾਲ ਤਾਂ ਗੱਲ ਕਰ ਵੀ ਮੰਮੀ ਮੈਂ ਚਾਦਰਾਂ ਧੋਣੀਆਂ ਤੇ ਸਿਮਰਤਨ ਦੀ ਤੁਹਾਡੇ ਨਾਲ, ਤੇ ਮੈਂ ਪੁੱਛਦੀ ਉਹਨੂੰ ਵੀ ਕਿਹੜੀ ਗੱਲ ਆਉਣੀ ਆ, ਤੇਰੇ 'ਚ ਜਾਨ ਨਹੀਂ ਹੈਗੀ, ਤੂੰ ਨਹੀਂ ਚਾਦਰਾਂ ਧੋ ਸਕਦੀ। ਜੇ ਤੈਨੂੰ ਰੈਸਟ ਦੱਸੀ ਤਾਂ ਰੈਸਟ ਕਰ ਪੁੱਤ, ਅਸੀਂ ਪੂਰਾ ਜ਼ੋਰ ਲਾਉਣ ਡਈ, ਤੇਰੇ 'ਚ ਕਮੀ ਆਉਣ ਡਈ ਹੈ ਸਾਨੂੰ ਵੀ ਤੂੰ ਨਹੀਂ ਹਟਦੀ ਕੰਮ ਕਰਨੋਂ। ਸਾਹਿਲ ਐਵੇਂ ਨਹੀਂ ਗਲਪ ਕੇ ਗਿਆ, ਉਹ ਸਹੀ ਗੱਲ ਤੁਰ ਗਿਆ। ਮੈਂ ਤੈਨੂੰ ਕਹਿਣਾ ਸੀ ਉਸ ਤੋਂ ਪਹਿਲਾਂ, ਉਹਨੇ ਕਹਿ ਤਾ ਇੰਨੇ ਇੰਨੇ ਕੱਪੜੇ ਤੇਰੇ ਧੋਲੇ ਨਹੀਂ ਬਣਦੇ, ਭਾਂਡੇ ਧੋਂਦੀ ਹੁੰਦੀ ਹੈ, ਕਦੀ ਤੂੰ ਕੁਛ ਕਰਦੀ ਹੁੰਦੀ ਹੈ, ਤਾਂ ਕਿੰਨੀ ਵਾਰ ਤੈਨੂੰ ਮੈਂ ਮਨਾ ਕਰਾਂ। ਪੁੱਤ ਰਾਣੇ ਨੇ ਵੀ ਤੈਨੂੰ ਬੜੀ ਵਾਰ ਮਨਾ ਕੀਤਾ, ਤੂੰ ਨਹੀਂ ਹਟਦੀ, ਅਤੇ ਤੇਰੇ ਭਲੇ ਵਾਸਤੇ ਆਉਂਦੇ ਪੁੱਤ ਆਪਾਂ। ਹੈਂ, ਜੇ ਹੋ ਜੂਗਾ ਤਾਂ ਸਾਨੂੰ ਸਭ ਕੁਝ ਚੰਗਾ ਲੱਗੂਗਾ ਨਾ, ਅਤੇ ਹੁਣ ਆਹ ਤੂੰ ਕਰਦੀ ਇਹ ਮੈਨੂੰ ਨਹੀਂ ਚੰਗਾ ਲੱਗਦਾ। ਕਿੰਨੀ ਵਾਰ ਤੈਨੂੰ ਮੈਂ ਟੋਕਾਂ, ਮੈਨੂੰ ਤਾਂ ਸ਼ਰਮ ਆਉਂਦੀ ਟੋਕਣ ਲੱਗਿਆ ਵੀ ਵੀ ਸ਼ੰਮੀ ਆ ਜਾ ਬਾਹਰ, ਸ਼ੰਮੀ ਨਾ ਕਰ ਕੰਮ। ਉਹਨੂੰ ਤਾਂ ਸ਼ਦੈਨ ਜੀ ਨੂੰ ਪਤਾ ਨਹੀਂ ਲੱਗਦਾ, ਉਹ ਤਾਂ ਟੋਰ ਨਾਲ ਫੋਨ ਚਲਾਉਂਦੀ ਰਹਿੰਦੀ ਅੰਦਰ, ਅਤੇ ਜਦੋਂ ਵੇਖਦੀ ਕੋਈ ਸਾਹਿਲ ਆ ਗਿਆ ਚਾਹੇ ਮੰਮੀ ਆ ਗਈ ਬਾਹਰ, ਫਟਾਫਟ ਆ ਕੇ ਤਾਂ ਲਾਗੇ ਖਲੋ ਜਾਂਦੀ ਆ, ਜਿਹੜਾ ਤੂੰ ਕੰਮ ਕਰਦੀ ਉਹ ਫੜ ਲਈਦੀ ਆ, ਅਤੇ ਆਪ ਤੂੰ ਤੈਨੂੰ ਖਿਲਾਰ ਦਿੰਦੀ ਲੱਗੀ ਵੀ ਮੈਂ ਖਲੋਤੀ ਆ ਕੱਲੀ। ਮੈਨੂੰ ਦੀਦਾ, ਮੈਂ ਇੱਡੀ ਬਾਹਰ ਮੂਰਖ ਨਹੀਂ ਹੈਗੀ ਅਤੇ ਪਾਗਲ ਹੈਗੀ ਹਾਂ ਮੈਂ। ਕੋਈ ਗੱਲ ਨਹੀਂ ਮੰਮੀ ਜੀ, ਮੈਂ ਅੱਗੇ ਤੋਂ ਖਿਆਲ ਰੱਖਾਂਗੀ, ਜਿੱਦਾਂ ਤੁਸੀਂ ਕਹੋਗੇ ਨਾ ਉਵੇਂ ਹੀ ਹੋਏਗਾ, ਤੁਸੀਂ ਟੈਨਸ਼ਨ ਨਾ ਲਿਆ ਕਰੋ। ਉਹ ਤਾਂ ਮੈਨੂੰ ਬੜੀ ਟੈਨਸ਼ਨ ਹੈ, ਮੈਂ ਤੇਰੇ ਭਲੇ ਵਾਸਤੇ ਹੀ ਆਉਂਦੀ ਹਾਂ। ਜੇ ਤੇਰੇ ਘਰ ਜਦੋਂ ਨੌਤਰੀ ਹੋਵੇ ਨਾ, ਬਾਲ ਹੋਵੇ ਨਾ, ਕਿੰਨੀ ਖੁਸ਼ੀ ਹੁੰਦੀ ਹੈ, ਕਦਰ ਕਿੰਨੀ ਹੋਣੀ ਤੇਰੀ, ਵੱਧ ਜਾਣੀ ਹੈ ਤੇਰੀ ਕਦਰ। ਹੈਂ, ਉਸ ਬੱਚੇ ਦੇ ਨਾਂ ਨਾਲ ਤੈਨੂੰ ਆਪਾਂ ਬੁਲਾਇਆ ਕਰਨਾ, ਡਿੰਪੂ ਦੀ ਮੰਮੀ। ਹੈਂ, ਟਿੰਕੂ ਦੀ ਮੰਮੀ, ਕਿੰਨਾ ਚੰਗਾ ਲੱਗੂਗਾ। ਅਤੇ ਮੈਨੂੰ ਇਹ ਖੁਸ਼ੀ ਚਾਹੀਦੀ ਪੁੱਤ, ਤੂੰ ਨਾ ਕੰਮ ਕਰਿਆ ਕਰ, ਆਖੇ ਲੱਗ ਜਾ, ਚੰਗੀ ਰਹੇ। ਕੋਈ ਗੱਲ ਨਹੀਂ ਮੰਮੀ ਜੀ, ਤੇਰੀ ਖੁਸ਼ੀ 'ਚ ਸਾਡੀ ਖੁਸ਼ੀ ਹੈ ਪੁੱਤ, ਇਸੇ ਕਰਕੇ ਤੈਨੂੰ ਠੀਨੇ ਹਾਂ। ਅੱਛਾ, ਹੁਣ ਧਿਆਨ ਰੱਖ, ਮੈਂ ਵੇਹਲੀ ਰਸੋਈ 'ਚ ਕੀ ਕਰਨ ਵਾਲਾ ਵਾ, ਆਪੇ ਉਹਨੂੰ ਆਵਾਜ਼ ਮਾਰਦੀ ਹਾਂ, ਆਊਗੀ ਤਾਂ ਉਹ ਕਰਵਾਉਂਦੀ ਹਾਂ, ਤੂੰ ਨਹੀਂ ਉੱਠਣਾ। ਕੀ ਦੱਸਾਂ ਮੰਮੀ ਜੀ ਤੁਹਾਨੂੰ,
ਮੈਂ ਕਿਹੜੇ ਦੌਰ ਚੋਂ ਗੁਜ਼ਰਦੀ ਪਈ ਹਾਂ, ਨਾ ਮੈਂ ਤੁਹਾਨੂੰ ਸੱਚਾਈ ਦੱਸ ਸਕਦੀ। ਕੋਈ ਸਮਝ ਨਹੀਂ ਲੱਗਦੀ ਕੀ ਕਰਾਂ ਮੈਂ। ਦੂਜੀ ਗੱਲ, ਤੁਸੀਂ ਜਿਹੜੇ ਸੁਪਨੇ ਵੇਖਦੇ ਪਏ, ਮੈਨੂੰ ਲੱਗਦਾ ਤੁਹਾਡੇ ਸੁਪਨੇ ਕਦੀ ਪੂਰੇ ਨਹੀਂ ਹੋ ਸਕਦੇ। ਮੈਂ ਤਾਂ ਤੁਹਾਨੂੰ ਸੱਚ ਵੀ ਨਹੀਂ ਦੱਸ ਸਕਦੀ, ਇੰਨੀ ਮਜਬੂਰ ਹੋਈ ਪਈ ਹਾਂ। ਕੀ ਕਰਾਂ ਮੈਂ, ਇੱਦਾਂ ਲੱਗਦਾ ਵਾ ਕਿ ਤੁਹਾਨੂੰ ਵੀ ਧੋਖਾ ਦੇਂਦੀ ਹਾਂ ਅਤੇ ਆਪਣੇ ਆਪ ਨੂੰ ਵੀ ਦੇਂਦੀ। ਚਾਹੁੰਦੇ ਹੋਇਆਂ ਵੀ ਤੁਹਾਨੂੰ ਕੁਝ ਨਹੀਂ ਦੱਸ ਸਕਦੀ। ਆਲੋ ਲੱਸੀ ਪੀ ਲਓ, ਮੈਂ ਨਹੀਂ ਪੀਣੀ। ਗਰਮੀ ਚ ਇੱਦਾਂ ਹੀ ਤੁਰੇ ਫਿਰਦੇ ਜੇ, ਕੁਝ ਪੀ ਖਾ ਵੀ ਲਿਆ ਕਰੋ। ਮੈਂ ਨਹੀਂ ਪੀਣੀ ਲੱਸੀ, ਕੁਝ ਨਹੀਂ ਪੀਣਾ। ਤੁਹਾਨੂੰ ਹੁਣ ਬੋਲਦੇ ਨਹੀਂ ਪਤਾ ਨਹੀਂ ਤੈਨੂੰ ਜਿੱਤਾ ਦੇ, ਸਾਰਾ ਕੁਝ ਪਤਾ ਤੈਨੂੰ। ਲੈ ਦੱਸ ਇਹਦੇ ਚ ਕਿਹੜੀ ਗੱਲ ਆ, ਮੇਰਾ ਨਹੀਂ ਦਿਲ ਕੀਤਾ ਉੱਥੇ ਰਹਿਣ ਨੂੰ ਤੇ ਮੈਂ ਤੁਹਾਡੇ ਨਾਲ ਆ ਗਈ ਆ। ਬੰਦੇ ਤਾਂ ਸਗੋਂ ਖੁਸ਼ ਹੁੰਦੇ ਆ ਕਿ ਜਨਾਨੀ ਸਾਡੇ ਨਾਲ ਹੀ ਆ ਗਈ ਆ, ਪੇਕੇ ਘਰ ਰਹੀ ਨਹੀਂ ਆ, ਤੇ ਇੱਕ ਤੂੰ ਹੀ ਜੇ ਜਿਨ੍ਹਾਂ ਨੇ ਮੂੰਹ ਬਣਾਇਆ ਵਾ। ਤੇ ਬਣਾਵਾੜਾ ਮੂੰਹ, ਮੈਨੂੰ ਦੱਸ ਅਗਲੇ ਕੀ ਸੋਚਣਗੇ। ਮੈਂ ਉੱਥੇ ਜਾ ਕੇ ਕੀ ਕਿਹਾ ਇਹਨਾਂ ਨੂੰ ਭਲਾ? ਕੀ ਕਿਹਾ ਸੀ? ਮੈਂ ਕਿਹਾ ਤੁਹਾਡੀ ਕੁੜੀ ਨੂੰ ਛੱਡਣ ਆਇਆ ਮੈਂ, ਇਹ ਰਹੂਗੀ 2-3 ਦਿਨ ਇੱਥੇ, ਰੈਸਟ ਕਰੂਗੀ, ਠੀਕ ਹੈ। ਸਮਾਨ ਇਹਦਾ ਇੱਥੇ ਪਿਆ ਵਾ ਸਾਰਾ ਕੁਝ, ਮੈਂ ਇੰਨੀ ਗੱਲ ਕਹੀ ਆ ਹੈ, ਤੇ ਤੂੰ ਉੱਥੇ ਸਮਾਨ ਚੁੱਕ ਕੇ ਚੱਲ, ਮੈਂ ਤੇਰੇ ਨਾਲ ਜਾਣਾ ਵਾ, ਤੇਰੇ ਨਾਲ ਜਾਣਾ ਵਾ, ਤੇ ਅਗਲੇ ਕੀ ਸੋਚਣਗੇ ਮੇਰੇ ਬਾਰੇ। ਪੇਕ ਹੈ, ਮੇਰੀ ਗੱਲ ਸੁਣ, ਉਹਨਾਂ ਨੇ ਇਹੋ ਕਹਿਣਾ ਵਾ ਵੀ ਪਤਾ ਨੀ ਇਹਨੇ ਕਿੱਡਾ ਕਿਤੇ ਜ਼ੋਰ ਪਾਇਆ ਵਾ, ਤੇ ਕਿੱਡਾ ਵੀ ਹਾਂ ਵੀ ਉੱਥੇ ਰਹਿਣਾ ਨੀ ਆ ਜਾਣਾ। ਖਰੇ ਵੀ ਮੈਂ ਹੀ ਕਿੰਨਾ ਵਾ ਉਹਨਾਂ ਨੂੰ। ਮੈਨੂੰ ਪਤਾ ਵਾ ਨਾ ਜਿੱਦਾਂ ਦੀ ਰੋਟੀ ਤੁਸੀਂ ਖਾਂਦੇ ਜੇ, ਜੇ ਮਾੜਾ ਜਿਹਾ ਵੀ ਨਮਕ ਤੇਜ਼ ਹੋ ਗਿਆ, ਮਿਰਚ ਤੇਜ਼ ਹੋ ਗਈ ਤਾਂ ਤੁਸੀਂ ਸਬਜ਼ੀ ਉਧਰ ਨੂੰ ਰੇੜ ਦੇਣੀ ਆ। ਇਹ ਵੀ ਨਹੀਂ ਤੁਸੀਂ ਕਹਿਣਾ ਕਿ ਮੈਂ ਖਾਣੀ ਨਹੀਂ ਆ ਜਾਂ ਮੈਨੂੰ ਹੋਰ ਦੇ ਦੋ ਜਾਂ ਕਿੱਦਾਂ, ਮੇਰਾ ਧਿਆਨ ਨਹੀਂ ਤੁਹਾਡੇ 'ਚ ਹੀ ਫਿਰ, ਤੇ ਨਾ ਤੁਸੀਂ ਬਾਹਰ ਦਾ ਕੋਈ ਖਾਣਾ ਖਾਂਦੇ ਜੇ। ਮੈਂ ਤੇ ਜਨਾਬ ਤੁਹਾਡੇ ਕਰਕੇ ਆਈ ਆ, ਤੁਹਾਨੂੰ ਪਤਾ ਵਾ। ਉਹ ਤਾਂ ਗੱਲਾਂ ਤੇਰੀਆਂ ਸਹੀ ਆ, ਮੈਂ ਮੰਨਦਾ ਹਾਂ, ਪਰ ਮੇਰਾ ਇਹ ਹੀ ਕਿ ਤੁਸੀਂ 2-4 ਦਿਨ ਚੱਲ ਜਾਂਦੀ ਰੈਸਟ ਕਰਨ ਦੀ, ਤੈਨੂੰ ਡਾਕਟਰ ਨੇ ਦੱਸਿਆ ਵਾ। ਐਵੇਂ ਨਾ ਟੈਨਸ਼ਨ ਨਾ ਲਿਆ ਕਰੋ, ਦੱਸ ਇੱਥੇ ਵੀ ਮੇਰੀ ਰੈਸਟ ਹੀ ਰੈਸਟ ਆ, ਕਿੰਨਾ ਕੁ ਕਿਤੇ ਮੈਂ ਕੰਮ ਕਰਨ ਡਈ ਆ। ਆ ਇਹਨੂੰ ਚਾਹ ਦੇ ਦੇ, ਇਹਨੂੰ ਪਾਣੀ ਦੇ ਦੇ, ਦਾਲ ਚ ਕੜਛੀ ਮਾਰ ਦੇ, ਭਾਂਡੇ ਉੱਤੇ ਲਾ ਦੇ, ਮੈਂ ਇਹੋ ਜਿਹੇ ਕੰਮ ਕਰਦੀ ਆ, ਬਾਕੀ ਤਾਂ ਸਾਰਾ ਸਿਮਰਤ ਕਰਦੀ ਆ ਘਰ ਦਾ ਕੰਮ। ਅੱਛਾ, ਮੈਨੂੰ ਤਾਂ ਲੱਗਦਾ ਨਹੀਂ, ਚੱਲ ਜਾ ਗੱਲਾਂ ਬਣਾਉਣੀਆਂ, ਤੇਰੇ ਤੋਂ ਕੁਝ ਸਿੱਖਦਾ। ਕਿੱਥੇ ਚੱਲੇ ਜੀ? ਮੈਂ ਜਦੋਂ ਬਾਜ਼ਾਰ ਚੱਲੀ ਆ। ਤੁਸੀਂ ਰੋਜ਼ ਤਿਆੜੀ ਨਿਕਲ ਚੱਲਦੇ ਜੇ, ਆ ਕੀ ਪਖੰਡ ਫੜਿਆ ਤੂੰ? ਤੇ ਮੈਂ ਕਿਹੜਾ ਭੱਜ ਚੱਲੀ ਆ ਕਿਤੇ? ਭੱਜ ਚੱਲੀ? ਤੁਹਾਨੂੰ ਪਤਾ ਵੀ ਆ ਗੱਲ ਕੀ ਆ? ਕੀ ਗੱਲ? ਉੱਥੇ ਬੈਠੋ 2 ਮਿੰਟ, ਉਹ ਤਾਂ ਮੈਂ ਗੱਲ ਦੱਸਾਂ। ਤੇਰੇ ਕੋਲ ਸਾਰੀ ਖਬਰਾਂ ਪਤਾ ਲੱਗਦੇ, ਦੱਸ ਹੋ ਕੀ ਹੈ? ਮੈਂ ਫਿਰ ਤੈਨੂੰ ਦੱਸਾਂ। ਹਾਈ ਤੇ ਦੱਸਣ ਦਾ ਢੰਗ ਵੀ ਤੇ ਹੁੰਦਾ ਹੈ, ਦੱਸ ਤੂੰ ਪਿਆ ਏਦਾਂ ਜਿਵੇਂ। ਜਦੋਂ ਵੇਖੋ ਉਦੋਂ ਮੈਂ ਚੱਲੀ ਆ, ਚੱਲੀ ਆ।
ਤੇ ਕੰਮ ਕੁੰਮ ਨਾ ਕਰਦਾ ਕੋਈ ਨਬੇੜਾ ਨਾ ਕਰਦਾ ਦੇਖੋ ਕੁਛ ਕੁਛ ਕੰਮ ਕਰਿਆ ਕਰਿਆ ਕਰਦਾ ਘਰ ਦਾ ਕਿਹੜਾ ਕੰਮ ਨਬੇੜਿਆ ਤੇ ਤੁਹਾਨੂੰ ਸਿਮਰਤ ਬਾਰੇ ਪਤਾ ਪਤਾ ਨਹੀਂ ਆ ਕਿ ਨਹੀਂ ਪਤਾ ਆ ਮੈਨੂੰ ਪਤਾ ਸਰ ਸਿਮਰਤ ਬਾਰੇ ਤੁਹਾਨੂੰ ਪਤਾ ਹਾਂ ਤੁਹਾਨੂੰ ਕਿਹਨੇ ਦੱਸਿਆ ਮੈਨੂੰ ਸਿਮਰਤ ਦਾ ਫੋਨ ਆਇਆ ਸੀ ਅੱਛਾ ਜਾਣੀ ਕਿ ਫੋਨ ਤੇ ਗੇਟਮੈਂਟ ਪਹਿਲਾਂ ਹੀ ਹੋ ਗਈ ਹੈ ਤੁਹਾਡੀ ਤੁਹਾਨੂੰ ਪਤਾ ਵੀ ਉਹਨੇ ਕਰਤੂਤ ਕੀ ਕੀਤੀ ਆ ਜੋ ਕਰਦੀ ਕਰਨ ਦਿਓ ਤੁਹਾਨੂੰ ਪਤਾ ਵਾ ਉੱਥੇ ਮੈਂ ਮਾਫੀ ਮੰਗ ਕੇ ਆਇਆ ਵਾ ਤੇ ਫਿਰ ਤੂੰ ਸ਼ਮੀ ਪਿੱਛੇ ਮਾਫੀ ਮੰਗਦਾ ਫਿਰਦਾ ਤੇ ਮੇਰਾ ਕੀ ਕਸੂਰ ਹੈ ਯਾ ਇਹਦੇ ਸਿਮਰਤ ਦਾ ਕੀ ਕਸੂਰ ਹੈ ਤੈਨੂੰ ਤੇ ਮਾਫੀ ਮੰਗਣ ਦਾ ਸ਼ੌਂਕ ਹੈ ਅੱਛਾ ਸਿਮਰਤ ਦਾ ਕੋਈ ਕਸੂਰ ਨਹੀਂ ਨਹੀਂ ਤੇ ਕਸੂਰ ਤੇ ਫਿਰ ਯਾਨੀ ਕਸੂਰ ਹੈ ਤੂੰ ਸਿਮਰਤ ਪਿੱਛੇ ਮਾਫੀ ਮੰਗ ਕੇ ਆਇਆ ਨਹੀਂ ਚਲੋ ਪਤਾ ਕਿ ਡਾਕਟਰ ਨੇ ਰੈਸਟ ਦੱਸੀ ਸ਼ਮੀ ਠੀਕ ਹੈ ਉਹਦਾ ਕੋਈ ਫਰਜ਼ ਨਹੀਂ ਬਣਦਾ ਵੀ ਮੈਂ ਇਹਨੂੰ ਰੈਸਟ ਦਿਵਾਉਣਾ ਜਾਂ ਨਾ ਉਹਨਾਂ ਦੇ ਘਰ ਦੀ ਗੱਲ ਹੈ ਇਹ ਉਹਨਾਂ ਦਾ ਆਪਣਾ ਪਰਸਨਲ ਮਾਮਲਾ ਉਹਨਾਂ ਨੂੰ ਸੁਲਝਾਉਣ ਤੇ ਜਿਸ ਦਿਨ ਸਾਨੂੰ ਫੋਨ ਆਇਆ ਸੀ ਨਾ ਰਾਣੀ ਭਾਈ ਦਾ ਸੀਮਾ ਆਈ ਤੁਹਾਡੇ ਕਮਰੇ 'ਚ ਤੁਸੀਂ ਬੂਹਾ ਨਹੀਂ ਖੋਲਿਆ ਸੀ ਕਹਿੰਦੇ ਕੋਲਡ ਹੋਇਆ ਵਾ ਤੇ ਰੈਸਟ ਕਰਕੇ ਸੁੱਤੇ ਆ ਤੇ ਫਿਰ ਤੇ ਸੋਹਣਾ ਹੀ ਸੀਗਾ ਫਿਰ ਮੈਂ ਉਹਨੂੰ ਮੇਰੇ ਕੋਲ ਕਿਹਾ ਜਾਏ ਨਾ ਤੇ ਕੀ ਕਰਾਂ ਫਿਰ ਮੈਂ ਸਾਡਾ ਕੋਈ ਫਰਜ਼ ਨਹੀਂ ਬਣਦਾ ਵੀ ਤੁਸੀਂ ਆਏ ਜੇ ਜਾਂ ਕੀ ਗੱਲ ਹੋਈ ਸਾਰਾ ਕੁਝ ਤੁਹਾਨੂੰ ਫੋਨ ਤੇ ਉਹਨੇ ਦੱਸਤਾ ਤੇ ਤੇ ਮੰਮਾ ਸਾਡੇ ਕੋਲ ਤੇ ਇੱਕ ਵਾਰੀ ਪੁੱਛਣਾ ਸੀ ਤੁਸੀਂ ਸੀਮਾ ਨਾ ਕੁਝ ਹੋਣ ਦਿਓ ਕਿ ਇੰਨੀ ਗੱਲ ਜੇ ਤੁਸੀਂ ਮੈਨੂੰ ਕਿਹੜਾ ਦੱਸਦੇ ਹੋ ਅਸੀਂ ਤਾਂ ਐਤਕੀ ਤੁਹਾਡੇ ਮੰਮਾ ਵੇਖ ਗਏ ਪਏ ਹਾਂ ਉਹਦਾ ਆਪਾਂ ਆਪਣੀ ਮਰਜ਼ੀ ਨਾਲ ਸ਼ਮੀ ਦੇ ਮਗਰ ਗਏ ਹਾਂ ਨਾ ਆਪਾਂ ਕਹਿੰਦੇ ਹਾਂ ਵੀ ਐਤਕੀ ਮੰਮਾ ਪੁੱਛਣ ਕਿ ਸਿਮਰਤ ਦੀ ਗੱਲ ਹੋਈ ਤੇ ਕੀ ਗੱਲ ਹੋਈ ਤੁਸੀਂ ਮੈਨੂੰ ਕਿੰਨਾ ਕੁ ਦੱਸਦੇ ਸੀ ਐਵੇਂ ਹੀ ਹੁੰਦਾ ਜੇ ਜਦੋਂ ਪਹਿਲੇ ਤੁਸੀਂ ਆਪਣੇ ਆਪ ਸਾਰੇ ਕੰਮ ਕਰ ਰਹੇ ਹੁੰਦੇ ਸੀ ਨਾ ਤੇ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਤੇ ਹੁਣ ਐਦਾਂ ਹੀ ਦੁੱਖ ਹੁੰਦਾ ਦੱਸੀਏ ਤੇ ਤਾਂ ਜੇ ਤੁਸੀਂ ਘਰ ਰਹੋ ਤੇ ਘਰ ਤੇ ਤੁਸੀਂ ਰਹਿੰਦੇ ਹੀ ਨਹੀਂ ਅੱਜ ਮੈਨੂੰ ਪਾਲੇ ਪਾਣੀ ਦੀ ਸਜ਼ਾ ਹੋ ਗਈ ਹੋਈ ਏ ਬਿਲਕੁਲ ਨੀ ਜਾਣਾ ਮੈਂ ਉਹਦੇ ਘਰ ਉਹਨੇ ਸਾਫ਼ ਕਹਿਤਾ ਕਿ ਮੰਮੀ ਤੁਸੀਂ ਮੇਰੇ ਘਰ ਨਹੀਂ ਆਣਾ ਮੇਰੇ ਘਰ ਦੇ ਮਾਮਲੇ ਚ ਨਹੀਂ ਬੋਲਣਾ ਮੈਨੂੰ ਪਤਾ ਵਾ ਇੱਕ ਮਿੰਟ ਮੰਮਾ ਇਹ ਕਿਹੜਾ ਸ਼ਮੀ ਦੀ ਗੱਲ ਹੋਣੀ ਹੈ ਹੋਣੀ ਤੇ ਸਾਡੀ ਤੇ ਮੈਂ ਕੀ ਕਰਾਂ ਜਦੋਂ ਕਹਿੰਦੀ ਪਈ ਇਹ ਕਿ ਤੁਸੀਂ ਮੇਰੇ ਘਰ ਦੇ ਮਾਮਲੇ 'ਚ ਨਹੀਂ ਬੋਲਣਾ ਮੈਂ ਕਹਾਂਗੀ ਤੇ ਤੁਸੀਂ ਮੇਰੇ ਘਰ ਆਣਾ ਮੈਂ ਕਹਾਂਗੀ ਤੇ ਨਹੀਂ ਆਣਾ ਮੈਂ ਕਿਉਂ ਚਲੀ ਜਾਵਾਂ ਉਹਦੇ ਘਰ ਫਿਰ ਫਿਰ ਉਹ ਗਲਤੀਆਂ ਕਰੀ ਜਾਏਗੀ ਤੁਸੀਂ ਚੁੱਪ ਕਰਕੇ ਇੱਥੇ ਬੈਠੇ ਰਹੋਗੇ ਆਖਰ ਇੱਕ ਦਿਨ ਤੇ ਉਹਨਾਂ ਨੇ ਤਾਂ ਕਿਹਾ ਇਹ ਸੀ ਕਿ ਆਪਣੀ ਮੰਮੀ ਨੂੰ ਲੈ ਕੇ ਆਉਣਾ ਅਸੀਂ ਤੇ ਜ਼ਬਰਦਸਤੀ ਮੰਮੀ ਨੂੰ ਲੈ ਕੇ ਮਨਾ ਕਰਤਾ ਉਹ ਕਹਿੰਦੀ ਮੈਂ ਤੁਸੀਂ ਨਹੀਂ ਆ ਮੈਂ ਨਹੀਂ ਜਾਣਾ ਮੰਮੀ ਮੇਰੀ ਸੁਣੋ ਮੈਂ ਜਾਣਾ ਹੀ ਨਹੀਂ ਜੇ ਉਹਦੀ ਸੱਸ ਨੇ ਸਾਨੂੰ ਪਤਾ ਕਿੰਨੇ ਲਾਂਭੇ ਦਿੱਤੇ ਉਹਦੇ ਇੱਕ ਲਾਂਭਾ ਹੋਵੇ ਤੇ ਦੱਸੀਏ ਹਾਂ ਪਤਾ ਕਿੰਨੇ ਲਾਂਭੇ ਦਿੱਤੇ ਆ ਇੱਕ ਗਲਤੀ ਕੀਤੀ ਹੋਵੇ ਤੇ ਮਾਫ਼ ਕਰ ਦਿੰਦਾ ਬੰਦਾ ਤੇ ਉਹਨੇ ਸ਼ਮੀ ਨੂੰ ਉਹ ਗੱਲਾਂ ਕਹੀਆਂ ਜਿਹੜੀਆਂ ਤੁਹਾਨੂੰ ਦੱਸਣ ਯੋਗ ਨਹੀਂ ਗਈਆਂ ਔਲਾਦ ਦੇ ਮੇਰੇ ਮਾਣੇ ਔਲਾਦ ਦੇ ਹੁਣ ਦੱਸੋ ਉੱਥੇ ਭਰਾ ਕੀ ਕਰਦਾ ਦੋ ਚਪੇੜਾ ਲਾਉਂਦਾ ਨਾ ਉਹਦੇ ਤੈਨੂੰ ਪਤਾ ਲੱਗ ਜਾਣਾ ਸੀ ਤੁਸੀਂ ਮੇਰੇ ਘਰ ਨਹੀਂ ਆਉਣਾ ਇਹ ਤੁਹਾਡੀ ਗਲਤੀ ਆ ਤੁਸੀਂ ਪੁੱਛਦੇ ਕਿਉਂ ਨਹੀਂ ਆਣਾ ਗੱਲ ਕੀ ਆ ਉਹਨੇ ਆਪਣੀ ਕਿਉਂ ਗਲਤੀ ਛੁਪਾਈ ਸੀਮਾ
ਮੰਮੀ ਕਲੇਸ਼ ਕਹਿੰਦਾ ਵਾ ਸਿਮਰਤ ਦਾ ਸਾਡੀ ਮੇਰੀ ਭੈਣ ਦਾ ਵੇਖੋ ਹੈਗੀਆਂ ਤੇ ਦੋਨੋਂ ਭੈਣਾਂ ਨਾ ਦੱਸੋ ਉਹਨੂੰ ਵੇਖ ਨੀ ਸਿਖਾਉਂਦੀ ਭਰਾਵਾ ਤੇਰੀ ਤੇ ਉਹੀ ਸਕੀ ਪਿਆ ਨੀ ਜਿਹਦੀ ਜ਼ਿਆਦਾ ਤੂੰ ਸ਼ੰਮੀ ਦੀ ਖਿੱਚ ਕਰਦਾ ਤੁਹਾਨੂੰ ਕੀ ਲੱਗਦਾ ਮੰਮੀ ਵੀ ਜਿਹੜੀ ਸਿਮਰਤ ਮੇਰੀ ਦੁਸ਼ਮਣ ਆ ਮੈਨੂੰ ਕੀ ਪਤਾ ਗੱਲਾਂ ਜਿਵੇਂ ਤੂੰ ਕਰਦਾ ਨਾ ਮੈਂ ਉਹਦੇ ਬਾਰੇ ਗਲਤ ਸੋਚਾਂਗਾ ਕਾਹਦੇ ਵਾਸਤੇ ਗਲਤ ਸੋਚਾਂਗਾ ਮਾਂ ਅੱਜ ਸ਼ੰਮੀ ਚ ਕਰੇ ਗਲਤੀ ਤੇ ਕੀ ਗੱਲ ਆਪਾਂ ਨੂੰ ਕਵਾਂਗੇ ਸਹੀ ਆ ਤੇ ਕੱਲ ਨੂੰ ਤੁਸੀਂ ਇਹ ਨੇ ਗਲਤੀ ਕੀਤੀ ਵੀ ਹੈ ਤੁਸੀਂ ਤਾਂ ਵੀ ਮੈਨੂੰ ਗਵਨੇ ਮੰਮਾ ਕੋਈ ਗਲਤੀ ਨਹੀਂ ਕੀਤੀ ਨਾ ਤਾਂ ਨੇ ਕੀ ਕਰਦੇ ਇਹਦੇ ਨਾਲ ਮੈਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ ਮੰਮੀ ਇਹ ਤੁਸੀਂ ਗੱਲ ਭੁੱਲ ਗਏ ਜਦੋਂ ਸਿਮਰਤ ਨੂੰ ਕਿੰਨੀਆਂ ਗੱਲਾਂ ਸੁਣਾਈਆਂ ਕੱਢਣ ਤੱਕ ਆ ਗਏ ਸੀ ਬਾਹਰ ਤੇ ਮੈਂ ਬੋਲਿਆ ਸੀ ਸਾਈ ਲੱਗੇ ਮੈਂ ਬੁਰਾ ਬਣਿਆ ਸੀ ਉਦੋਂ ਪਰ ਇੰਨਾ ਨਹੀਂ ਪਤਾ ਸੀ ਕਿ ਮੇਰੀ ਭੈਣ ਦੀ ਗਲਤੀ ਆ ਇਹ ਆਪਣੀਆਂ ਕਰਤੂਤਾਂ ਕਰਕੇ ਬਾਹਰ ਨਿਕਲਦੀ ਆ ਇਹਨੂੰ ਚਾਹੀਦਾ ਮੈਂ ਪਤਾ ਕਿੰਨਾ ਪਛਤਾਉਂਦਿਆਂ ਉਦਣ ਦਾ ਹੀ ਕਿ ਸਾਹਿਲ ਨੂੰ ਮੈਂ ਇੰਨਾ ਬੁਰਾ ਭਲਾ ਕਿਹਾ ਉਹ ਤੇ ਮੈਂ ਕਹਿੰਦਾ ਇੰਨਾ ਚੰਗਾ ਮੁੰਡਾ ਵਾ ਨਾ ਵਾਕਈ ਬੜਾ ਚੰਗਾ ਵਾ ਬਹੁਤ ਨਾਈਸ ਦੋਨੇ ਹੀ ਬਹੁਤ ਨਾਈਸ ਹੈ ਸਿਰਫ ਇਹਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੁਣ ਸਮਝਣਾ ਚਾਹੀਦਾ ਵਾ ਕਿ ਮੈਂ ਸਹੁਰੇ ਘਰ ਗਈ ਅਤੇ ਉਹਦੀਆਂ ਗਲਤੀਆਂ ਨਾ ਕਰਾਂ ਪਰ ਮੰਮਾ ਜਿੰਨਾ ਚਿਰ ਤੁਸੀਂ ਮੈਂ ਨਾ ਕਹੋਗੇ ਕਿ ਸਿਮਰਤ ਗਲਤੀ ਨਾ ਕਰ ਜਾਂ ਆਪਣੀਆਂ ਗਲਤੀਆਂ ਮੈਨੂੰ ਤੇਰੇ ਸਾਰੇ ਦੇ ਮਿਲਣ ਦੀ ਕੰਪਲੇਂਟ ਅਤੇ ਡਾਂਟੋਗੇ ਨੇ ਨਾ ਉਹਨਾਂ ਚਿਰ ਕੁੜੀ ਨੇ ਨਹੀਂ ਜੀ ਸੁਧਰਨਾ ਉਹਨੂੰ ਤੁਹਾਡੀ ਸਪੋਰਟ ਮਿਲਣ ਦੀ ਜੀ ਮੈਂ ਸਿੱਧਾ ਕਹਿ ਦਿੰਦੀ ਮੈਂ ਕਿਉਂ ਸਪੋਰਟ ਕਰਦੀ ਪਈ ਤੁਸੀਂ ਨਹੀਂ ਗਏ ਉਦਣ ਉਹਨੇ ਮਨਾ ਕੀਤਾ ਮੈਂ ਤੇ ਮੋਹ ਲਾਣੀ ਸੀ ਤੁਹਾਨੂੰ ਉਹਦੀ ਗਲਤੀ ਤੇ ਪਤਾ ਲੱਗਦਾ ਤੀ ਉਹਦੇ ਦੋ ਦਰਦੇ ਤੁਹਾਨੂੰ ਪਤਾ ਲੱਗਦਾ ਮੋਹ ਲਾਣੀ ਸੀ ਉੱਥੇ ਜਾ ਕੇ ਉਹ ਅੱਗੋਂ ਤੋਂ ਇਹ ਗਲਤੀ ਨਾ ਕਰਦੀ ਗੱਲ ਤਾਂ ਮੋਹ ਦੀ ਨਹੀਂ ਆ ਪਰ ਤੁਸੀਂ ਹੋ ਗਏ ਨਾ ਪਰ ਮੰਮਾ ਤੁਸੀਂ ਨਹੀਂ ਗਏ ਕੋਈ ਜਾਂ ਕੋਈ ਨਹੀਂ ਪਹੁੰਚਿਆ ਫਿਰ ਤੇ ਗੱਲ ਵੀ ਤੁਸੀਂ ਜਾ ਆਇਓਗੇ ਸਾਰਾ ਕੇਸ ਵੇਖ ਆਇਓ ਸਭ ਕੁਛ ਕਰ ਆਇਓ ਤੇ ਫਿਰ ਹੁਣ ਮੈਨੂੰ ਕੀ ਪੁੱਛਦੇ ਹੋ ਫਿਰ ਨਾ ਆਪਾਂ ਘਰ ਆਏ ਤੁਸੀਂ ਨਾ ਸਾਰੇ ਤੁਸੀਂ ਆਪੇ ਫੈਸਲੇ ਕਰਦੇ ਹੋ ਆਪੇ ਜਾਂਦੇ ਹੋ ਆਪੇ ਤੁਹਾਨੂੰ ਖਬਰਾਂ ਮਿਲਦੀਆਂ ਨੇ ਆਪੇ ਸਭ ਕੁਛ ਹੁੰਦਾ ਤੇ ਮੈਨੂੰ ਜੇ ਤੁਸੀਂ ਮੈਨੂੰ ਕੁਝ ਦੱਸਦੇ ਨਹੀਂ ਕੁਛ ਪੁੱਛਦੇ ਨਹੀਂ ਤੇ ਮੈਨੂੰ ਹੋਰ ਕੀ ਕਹਿੰਦੇ ਪਏ ਜੇ ਹੋ ਗਈ ਤੇਰੀ ਰਾਮਕਾਣੀ ਪੂਰੀ ਹੋ ਗਈ ਤੁਹਾਡੀ ਸਕੀ ਹੈ ਸ਼ੰਮੀ ਔਰ ਤੂੰ ਕਹਿੰਦਾ ਮਾਫੀ ਮਾਫੀ ਤੂੰ ਮੰਗਾਈ ਆਪਣੀ ਭੈਣ ਕੋਲੋਂ ਤੂੰ ਉਹਨੂੰ ਨੀਚੇ ਗਿਰਾਇਆ ਜਣੇ ਖੜੇ ਦੇ ਕੋਲੋਂ ਤੂੰ ਮਾਫੀ ਮੰਗਾਈ ਆਪਣੀ ਭੈਣ ਕੋਲੋਂ ਤੈਨੂੰ ਸ਼ਰਮ ਨਹੀਂ ਆਈ ਉਸ ਦਿਨ ਤੇ ਸਾਰੇ ਫੈਸਲੇ ਤੂੰ ਆਪ ਕਰਨ ਜੋਗੇ ਹੋਗੇ ਦੋਵੇਂ ਜੀ ਕਰਤਾ ਧਰਤਾ ਸਾਰਾ ਕੁਛ ਤੁਸੀਂ ਹੋ ਗਿਆ ਚੰਗੀ ਮਾੜੀ ਹਰ ਚੀਜ਼ ਤੁਸੀਂ ਵੇਖ ਸਕਦੇ ਵੇਖੋ ਖਪੋ ਮੈਨੂੰ ਕੀ ਜੇ ਨਹੀਂ ਤੁਹਾਨੂੰ ਫੋਨ ਤੇ ਝੂਠ ਦਾ ਸਭ ਕੁਛ ਗਣਤਾ ਮੈਨੂੰ ਨਹੀਂ ਪਤਾ ਔਰ ਮੇਰੀ ਗੱਲ ਸੁਣੋ ਜ਼ਿਆਦਾ ਇੱਥੇ ਸ਼ੰਮੀ ਦੀ ਤਰਫਦਾਰੀ ਕਰਨੀ ਨਾ ਸ਼ੰਮੀ 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 ਕਰਨੀ ਨਾ ਚੁੱਕੋ ਆਪਣਾ ਟਿੰਡਾ ਟੱਪਰ ਚਾਚੀ 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 ਉਹਨੇ ਚਾਚੀ ਦੀ ਪੁੱਤ ਨਾਲ ਜਾ ਕੇ ਰਹੋ ਸਿੱਧੀ ਗੱਲ ਜੀ ਮੰਮੀ ਮੇਰੀ ਗੱਲ ਸੁਣੋ ਚਾਚੀ ਦੀ ਕਿਹੜੀ ਗੱਲ ਆ ਕਿ ਸਾਰਾ ਉਹ ਤੁਹਾਨੂੰ ਚਾਚੀ ਦੀ ਸਰਮਾਰੀ ਮੰਦੀ ਹੈ ਤੁਸੀਂ ਸਿੱਖਦੇ ਫਿਰਦੇ ਜੇ ਮੇਰੇ ਸਿਰ ਤੇ ਆ ਕੇ ਲੜਨ ਲੱਗ ਪਏ ਜੇ ਭੈਣ ਜੀ